ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਬਹੁਤ ਹੀ ਮਹਿੰਗੀ ਮਿਲਣ ਵਾਲੀ ਚੀਜ਼ ਜੋ ਆਪਾਂ ਬਾਜ਼ਾਰ ਵਿੱਚ ਲੈਂਦੇ ਹਾਂ, ਬਰਗਰ, ਪੀਜ਼ੇ, ਜੋ ਵੀ ਆਪਾਂ ਫਾਸਟ ਫੂਡ ਖਾਂਦੇ ਹਾਂ, ਬੱਚੇ ਆਪਣੇ ਉਹਨੂੰ ਬਹੁਤ ਹੀ ਚਾਅ ਦੇ ਨਾਲ ਉੱਪਰ ਪਾ ਕੇ ਖਾਂਦੇ ਨੇ। ਪਰ ਉਹ ਜਿੱਦਾਂ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਉਹਨੂੰ ਖਾਂਦੇ ਹਾਂ ਨਾ, ਉਹ ਆਪਣੇ ਬੱਚਿਆਂ ਦੇ ਲੀਵਰ ਵਾਸਤੇ, ਸਿਹਤ ਵਾਸਤੇ ਬਹੁਤ ਹੀ ਹਾਨੀਕਾਰਕ ਹੈ। ਤੁਸੀਂ ਸਾਰੇ ਜਾਣੇ ਗਏ ਹੋਵੋਗੇ ਕਿ ਉਹ ਕੀ ਹੈ। ਉਹ ਹੈ ਮਿਊਨੀ। ਦੇਖੋ, ਅਸੀਂ ਇਹ ਮਾਰਕੀਟ 'ਚੋਂ ਲੈ ਕੇ ਆਏ ਸੀਗੇ। ਇਹ ਮਿਊਨੀ ਦੇ ਵਿੱਚ ਬਹੁਤ ਹੀ ਜ਼ਿਆਦਾ ਰਿਫਾਇੰਡ ਓਇਲ ਯੂਜ਼ ਕੀਤਾ ਜਾਂਦਾ ਹੈ, ਜਿਹੜਾ ਕਿ ਸਾਡੇ ਬੱਚਿਆਂ ਦੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ। ਇਹ ਬਹੁਤ ਹੀ ਈਜ਼ੀ ਤਰੀਕੇ ਨਾਲ ਘਰ ਵਿੱਚ ਬਣ ਜਾਂਦੀ ਹੈ, ਤਾਂ ਤੁਹਾਨੂੰ ਥੋੜ੍ਹੀ ਜਿਹੀ ਮਿਹਨਤ ਕਰਨੀ ਪੈਣੀ ਹੈ। ਮੇਰੀ ਮਾਵਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਤੁਸੀਂ ਘਰ ਵਿੱਚ ਬੱਚਿਆਂ ਵਾਸਤੇ ਜ਼ਰੂਰ ਕੋਈ ਨਾ ਕੋਈ ਚੀਜ਼ ਟਰਾਈ ਕਰੋ। ਤੁਹਾਡੇ ਬੱਚੇ ਬਾਜ਼ਾਰ ਦੀ ਕਿੰਨੀ ਵੀ ਚੀਜ਼ ਨੂੰ ਪਸੰਦ ਕਰਦੇ ਹੋ, ਪਰ ਮਾਂ ਦੀ ਬਣਾਈ ਹੋਈ ਹਰ ਇੱਕ ਚੀਜ਼ ਬੱਚੇ ਨੂੰ ਬਹੁਤ ਪਸੰਦ ਆਉਂਦੀ ਹੈ। ਆਓ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਇਸ ਮਿਊਨੀ ਨੂੰ ਆਪਾਂ ਘਰ ਵਿੱਚ ਹੈਲਦੀ ਤਰੀਕੇ ਨਾਲ ਕਿੱਦਾਂ ਬਣਾ ਸਕਦੇ ਹਾਂ। ਇਹਦੇ ਵਾਸਤੇ ਸਾਨੂੰ ਕੁਝ ਜ਼ਿਆਦਾ ਨਹੀਂ ਲੋੜ, ਤਿੰਨ ਚੀਜ਼ਾਂ ਦੀ ਜ਼ਰੂਰਤ ਆ। ਇਹਦੇ ਵਾਸਤੇ ਸਾਨੂੰ ਚਾਹੀਦੇ ਨੇ ਆਲੂ, ਤੁਹਾਡੇ ਕੋਲ ਬੜੇ ਸਾਈਜ਼ ਦੇ ਵਿੱਚ ਹੈਗਾ ਤਾਂ ਇੱਕ ਲੈ ਲਓ, ਸਾਡੇ ਕੋਲ ਥੋੜ੍ਹੇ ਜਿਹੇ ਛੋਟੇ ਆਲੂ ਸੀ, ਅਸੀਂ ਦੇਖੋ ਤਿੰਨ ਲੈ ਚੁੱਕੇ ਹਾਂ। ਜਿਹੜੀ ਆਪਾਂ ਇਹ ਮੁੱਲ ਦੀ ਮਿਊਨੀ ਲੈਂਦੇ ਹਾਂ, ਇਹਦੇ ਵਿੱਚ ਮੈਦਾ ਵੀ ਯੂਜ਼ ਕੀਤਾ ਜਾਂਦਾ। ਇਹਦੇ ਵਿੱਚ ਦੇਖੋ ਆਪਾਂ ਕੋਈ ਮੈਦਾ ਯੂਜ਼ ਨਹੀਂ ਕਰ ਰਹੇ, ਤਿੰਨ ਆਲੂ ਨੇ। ਹਾਂਜੀ, ਜਿਹੜੇ ਇਹ ਆਲੂ ਨੇ ਇਹਨਾਂ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਨਾ ਉਬਾਲ ਕੇ ਸਿੱਲ ਲੈਣਾ। ਇਹ ਸਾਡੇ ਉਹ ਆਲੂ ਉਬਾਲੇ ਹੋਏ ਨੇ, ਬੋਇਲ ਕੀਤੇ ਹੋਏ ਨੇ, ਮਤਲਬ ਕਿ ਜਿੱਦਾਂ ਆਪਾਂ। ਇਹ ਸਾਡੇ ਕੋਲ ਹੈਗਾ ਦੁੱਧ, ਇਹਦੇ ਵਿੱਚ ਥੋੜ੍ਹੀ ਜਿਹੀ ਕਰੀਮ ਹੈਗੀ, ਕਿਉਂਕਿ ਕਰੀਮ ਦੇ ਨਾਲ ਇਹ ਥੋੜ੍ਹੀ ਜਿਹੀ ਵਧੀਆ, ਜਿੱਦਾਂ ਮੁੱਲ ਦੀ ਹੁੰਦੀ ਹੈ ਨਾ, ਥੋੜ੍ਹੀ ਜਿਹੀ ਗਾੜੀ ਹੁੰਦੀ ਹੈ, ਉਹ ਥਿੰਕ ਹੁੰਦੀ ਹੈ, ਉੱਦਾਂ ਦੀ ਇਹ ਬਣੇਗੀ। ਅਤੇ ਥੋੜ੍ਹਾ ਜਿਹਾ ਸਾਨੂੰ ਚਾਹੀਦਾ ਨਮਕ। ਨਮਕ ਵੀ ਜਿੱਦਾਂ ਇਹ ਥੋੜ੍ਹੀ ਜਿਹੀ ਆਪਾਂ ਖਾਂਦੇ ਹਾਂ ਤਾਂ ਆਪਾਂ ਨੂੰ ਥੋੜ੍ਹਾ ਜਿਹਾ ਨਮਕ ਦਾ ਇਹਦੇ ਵਿੱਚੋਂ ਟੇਸਟ ਆਉਣਾ ਹੁੰਦਾ ਨਾ। ਦੇਖੋ, ਆਪਾਂ ਇਹਦੇ ਵਿੱਚ ਕੋਈ ਘਿਓ ਨਹੀਂ ਯੂਜ਼ ਕਰ ਰਹੇ, ਕੋਈ ਆਪਾਂ ਇਹਦੇ ਵਿੱਚ ਮੈਦਾ ਯੂਜ਼ ਨਹੀਂ ਕਰ ਰਹੇ। ਤੁਸੀਂ ਦੇਖਿਓ ਕਿੰਨੀ ਵਧੀਆ ਬਣੇਗੀ ਇਹ, ਬਿਲਕੁਲ ਉਹਦੇ ਨਾਲੋਂ ਵੀ ਜ਼ਿਆਦਾ ਟੇਸਟੀ ਬਣੂਗੀ, ਹੈਲਦੀ ਹੋਊਗੀ। ਕਿਉਂਕਿ ਅੱਜ ਕੱਲ੍ਹ ਬਿਮਾਰੀਆਂ ਇੰਨੀਆਂ ਜ਼ਿਆਦੀਆਂ ਫੈਲ ਰਹੀਆਂ ਨੇ, ਬਾਹਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਤਲਬ ਤਰੀਕੇ ਨਾਲ ਤਿਆਰ ਕੀਤਾ ਜਾਂਦਾ, ਬਹੁਤ ਹੀ ਮੱਖੀਆਂ। ਹੁਣ ਤੁਸੀਂ ਦੇਖੀ ਆ ਦੀਵਾਲੀ ਨੂੰ, ਹੈ ਨਾ, ਕਿੰਨਾ ਜ਼ਿਆਦਾ ਦੁਕਾਨਾਂ 'ਤੇ ਛਾਪੇਮਾਰੀ ਹੋਈ ਆ, ਕਿੰਨੇ ਗੰਦੇ ਤਰੀਕੇ ਨਾਲ ਸਾਰਾ ਕੁਛ ਬਣਾਇਆ ਜਾਂਦਾ ਹੈ। ਤਾਂ ਅਸੀਂ ਘਰ ਵਿੱਚ ਹੀ ਬਣਾਈਏ ਅਤੇ ਖਾਈਏ। ਆਓ ਆਪਾਂ ਹੁਣ ਤਿਆਰ ਕਰਨ ਲੱਗੇ ਹਾਂ ਮਿਊਨੀ। ਹਾਂਜੀ, ਹੁਣ ਆਪਾਂ ਤਿਆਰ ਕਰ ਰਹੇ ਹਾਂ ਮਿਊਨੀ ਦੀ ਰੈਸਪੀ। ਜਿਹੜੇ ਇਹ ਆਲੂ ਨੇ ਇਹਨਾਂ ਨੂੰ ਆਪਾਂ ਕਿਸੇ ਨਾਈਫ ਦੇ ਨਾਲ ਕੱਟ ਕੇ ਇੱਦਾਂ ਵਿੱਚ ਪਾ ਲਓ। ਫਿਰ ਆਪਾਂ ਇਹਦੇ ਵਿੱਚ ਜੋ ਆਪਣੇ ਕੋਲ ਦੁੱਧ ਆਪਣੇ ਲਿਆ ਸੀ ਉਹਨੂੰ ਵੀ ਇਹਦੇ ਵਿੱਚ ਹੀ ਪਾ ਲਓ। ਅਤੇ ਜਿਹੜਾ ਇਹ ਨਮਕ ਹੈ ਇਹਨੂੰ ਆਪਾਂ ਦੇਖੋ ਇੰਨੀ ਕੁ ਕੁਆਂਟਿਟੀ ਦੇ ਨਾਲ ਇਹ ਨਮਕ ਨੂੰ ਤੁਸੀਂ ਇਹਦੇ ਵਿੱਚ ਪਾ ਲਓ। ਹੁਣ ਕਿਸੇ ਵੀ ਮਿਕਸੀ ਗ੍ਰੈਂਡਰ ਤੁਹਾਡੇ ਕੋਲ ਕੁਛ ਵੀ ਹੈ ਉਹਦੇ ਨਾਲ ਇਸਨੂੰ ਗ੍ਰੈਂਡ ਕਰ ਲਓ। ਹਾਂਜੀ, ਦੇਖੋ ਹੁਣ ਆਪਾਂ ਇਹਨੂੰ ਗ੍ਰੈਂਡ ਕਰ ਰਹੇ ਹਾਂ। ਇਹਨੂੰ ਹੋਰ ਗ੍ਰਾਈਂਡ ਕਰੀ ਜਾਓ ਜਿੰਨਾ ਚਿਰ ਘੁਲਦੀ ਨਹੀਂ। ਹਾਂਜੀ, ਹੁਣ ਇਹ ਸਾਡੀ ਮਿਊਨੀ ਬਣਾਉਣ ਕੇ ਬਿਲਕੁਲ ਤਿਆਰ ਹੈ, ਅਸੀਂ ਤੁਹਾਨੂੰ ਦਿਖਾਉਂਦੇ ਹਾਂ। ਦੇਖੋ ਕਿੰਨੀ ਥਿੱਕ ਬਣੀ ਹੈ ਇਹ, ਦੇਖੋ ਬਿਲਕੁਲ ਮਾਰਕੀਟ 'ਚ ਵਰਗੀ ਹੈ ਨਾ। ਇਹਦੇ ਵਿੱਚ ਆਪਾਂ ਦੇਖੋ ਕੋਈ ਘਿਓ ਯੂਜ਼ ਨਹੀਂ ਕੀਤਾ, ਇਹਦੇ ਵਿੱਚ ਬਹੁਤ ਹੀ ਜ਼ਿਆਦਾ ਰਿਫਾਇੰਡ ਓਇਲ ਯੂਜ਼ ਕੀਤਾ ਜਾਂਦਾ। ਦੇਖੋ ਇਹ ਵੀ ਇਸੇ ਤਰ੍ਹਾਂ ਦੀ ਆ, ਇਹਨੂੰ ਵਾਈਟ ਕਰਨ ਵਾਸਤੇ ਇਹਦੇ ਵਿੱਚ ਮੈਦਾ ਯੂਜ਼ ਕੀਤਾ ਜਾਂਦਾ ਹੈਗਾ। ਦੇਖੋ ਇਹ ਆਪਣੀ ਘਰ ਬਣਾਈ ਹੋਈ ਆ, ਕਿੰਨੀ ਹੈਲਦੀ ਹੈ, ਕਿੰਨੀ ਥਿੱਕ ਹੈਗੀ। ਜਦੋਂ ਤੁਸੀਂ ਇਹਦੇ ਨਾਲ ਆਪਣਾ ਕੋਈ ਵੀ ਫਾਸਟ ਫੂਡ ਜਿੱਦਾਂ ਬਰਗਰ, ਪੀਜ਼ਾ ਖਾਓਗੇ ਤਾਂ ਉਹ ਤੁਹਾਨੂੰ ਬਹੁਤ ਹੀ ਜ਼ਿਆਦਾ ਟੇਸਟੀ ਲੱਗੂਗਾ। ਤਾਂ ਹੁਣ ਤੁਹਾਨੂੰ ਸਾਡੀ ਇਹ ਰੈਸਪੀ ਕਿੱਦਾਂ ਦੀ ਲੱਗੀ ਤੁਸੀਂ ਘਰ ਵਿੱਚ ਬਣਾ ਕੇ ਜ਼ਰੂਰ ਦੇਖਣਾ, ਅਤੇ ਇਸਨੂੰ ਬਣਾਓਗੇ ਤਾਂ ਸਾਨੂੰ ਕਮੈਂਟਿੰਗ ਕਰਕੇ ਜ਼ਰੂਰ ਦੱਸਣਾ ਕਿ ਇਹ ਰੈਸਪੀ ਕਿੱਦਾਂ ਦੀ ਤੁਹਾਨੂੰ ਲੱਗੀ ਅਤੇ ਤੁਹਾਡੀ ਕਿੱਦਾਂ ਦੀ ਬਣੀ। ਅਗਰ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੋਈ ਵੀ ਤੁਸੀਂ ਕਿਸੇ ਵੀ ਕੋਈ ਜਾਣਨਾ ਚਾਹੁੰਦੇ ਹੋ ਕਿਸੇ ਵੀ ਰੈਸਪੀ ਬਾਰੇ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਹਾਂਜੀ, ਜਿਹੜੀ ਸਾਨੇ ਇੱਕ ਦਿਨ ਪਹਿਲਾਂ ਇਮਲੀ ਵਾਲੀ ਸੌਸ ਦੀ ਰੈਸਪੀ ਬਣਾਈ ਸੀਗੀ, ਜੇ ਸੁਣਿਓ ਉਹ ਵੀਡੀਓ ਨਹੀਂ ਦੇਖੀ ਤਾਂ ਅਸੀਂ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਾਵਾਂਗੇ। ਜੇ ਸੁਣਿਓ ਵੀਡੀਓ ਦੇਖ ਲਈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ, ਨਹੀਂ ਤੁਸੀਂ ਉਹ ਡਿਸਕ੍ਰਿਪਸ਼ਨ ਦੇ ਵਿੱਚ ਵੀਡੀਓ ਦੇਖ ਲਿਓ ਅਤੇ ਚੈਨਲ ਸਬਸਕ੍ਰਾਈਬ ਕਰ ਲਓ। ਅਗਲੀ ਵੀਡੀਓ ਤੱਕ ਬਾਏ।